ये लिखा है इसने इंग्रेडिएंट, इंग्रेडिएंट्स इसमें क्या डाला है? और जो देसी घी होता है उसका सिर्फ 99% फैटी होती है। जगह के ऊपर जड़ी है और की चीजां जड़ियां ने जब्त कीतियां गईयां हैगियां या की कार्रवाई की जाती है? देखो जी जी अपने फिरोजपुर ਦੇ ਵਿੱਚ ਸਾਨੂੰ ਨਿਊਜ਼ ਸੀਗੀ ਵੀ ਇੱਥੇ ਨਾ ਸਿਟੀ ਦੇ ਵਿੱਚ ਨਕਲੀ ਕਿਉਂ ਸਪਲਾਈ ਹੋ ਰਿਹਾ ਸੀ। ਇੱਕ ਤੋਂ ਥਾਵਾਂ ਤੇ ਫੜਿਆ ਕੈਂਟ ਸਿਟੀ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇੱਥੋਂ ਮਾਲ ਆ ਰਿਹਾ। ਜਦੋਂ ਅਸੀਂ ਇੱਥੇ ਚੈਕਿੰਗ ਕੀਤੀ ਤੇ ਇਹਨਾਂ ਦੇ ਓਨਰ ਸੀਗੇ ਕਾਫੀ ਲੇਟ ਆਏ ਆ। ਸਾਡੇ ਫੋਨ ਕਰਨ ਤੋਂ ਘੱਟੋ ਘੱਟ 2 ਘੰਟੇ ਬਾਅਦ ਸਾਨੂੰ ਵੇਟ ਕਰਨੀ ਪਈ ਆ। ਪਰ ਫਿਲਹਾਲ ਦੀ ਕੜੀ ਅਸੀਂ ਜਿਹੜੀ ਸਾਨੂੰ ਅਸੀਂ ਆਪ ਅਚੰਭਿਤ ਹੋ ਗਏ ਵੀ ਇੰਨਾ ਸਾਰਾ ਮਾਲ ਅਸੀਂ ਜਿਹੜਾ ਸਸਪੈਕਟਡ ਫੜ ਲਿਆ। ਉਹਦੇ 'ਚ ਕੀ ਆ ਦੇਖੋ ਜਿਹੜੇ ਹੁਣ ਸੀਜ਼ਨ ਅੱਜ ਕੱਲ੍ਹ ਜਿਹੜਾ ਸੀਜ਼ਨ ਚੱਲਦਾ ਪਿਆ ਦੇਸੀ ਘੋਲ ਆ ਰਿਹਾ। ਲੋਕ ਆਪਣੇ ਘਰੇ ਗਰੀਬ ਜਿਹੜਾ ਹੈਗਾ ਉਹ ਤੁਹਾਨੂੰ 100 ਰੁਪਏ ਦਾ ਵੀ ਚਾਹੀਦਾ, 200 ਦਾ ਵੀ ਚਾਹੀਦਾ। ਪਰ ਜਦੋਂ ਅਸੀਂ ਦੇਖਿਆ ਵੀ ਜਿਹੜੀ ਫ੍ਰੈਗਨੈਂਸ ਹੈਗੀ ਹੈ ਦੇਸੀ ਘੋਲ ਵਧੀਆ, ਬਟ ਇਹਦੇ ਅੰਦਰ ਜਿਹੜਾ ਉੱਤੇ ਡਿਸਪਲੇ ਕੀਤਾ ਹੈ ਉਹ ਪਾਮ ਆਇਲ ਹਾਈਡਰੋਜਨੇਟਡ ਆਇਲ ਕੀਤਾ ਹੋਇਆ, ਅਸੀਂ ਸੁਣ ਕੇ ਵੀ ਚੈੱਕ ਕੀਤਾ ਸੀਗਾ। ਸੋ ਅਸੀਂ ਜਿਹੜਾ ਸਾਨੂੰ ਸਸਪੈਕਟਡ ਆ ਅਸੀਂ ਟੋਟਲ ਜਿਹੜਾ ਮਾਲ ਹੈਗਾ ਉਹ 3-4 ਕੰਪਨੀਆਂ ਦਾ ਉਹਨੂੰ ਸੀਲ ਕਰਦੇ ਪਏ ਆ ਔਰ ਰਿਪੋਰਟ ਆਉਣ ਤੇ ਬਾਅਦ ਹੀ ਇਹਨੂੰ ਇੱਥੇ ਕਾਰਵਾਈ ਕੀਤੀ ਜਾਏਗੀ। ਕਿੰਨਾ ਮਾਲ ਜਿਹੜਾ ਸਰ ਹੁਣ ਇੱਥੋਂ ਇਸ ਵੇਲੇ ਫੜਿਆ ਗਿਆ ਜੀ? ਲਗਭਗ 35 ਕੁਇੰਟਲ ਦੇ ਲਗਭਗ। ਤਾਂ ਇਹ ਜਿਹੜਾ ਮਾਲ ਹੁਣ ਇੱਕ ਵਾਰੀ ਸੀਲ ਕਰ ਲਿੱਤਾ ਗਿਆ ਜੀ? ਹਾਂ, ਇੱਕ ਵਾਰੀ ਮਾਲ ਸੈਂਪਲ ਲੈ ਕੇ ਮਾਲ ਸੀਲ ਕਰ ਦੇਵਾਂਗੇ, ਉਹਦੀ ਰਿਪੋਰਟ ਜਲਦ ਤੋਂ ਜਲਦ 2 ਦਿਨਾਂ 'ਚ ਮੰਗਾ ਕੇ ਇਹਨਾਂ 'ਤੇ ਕਾਰਵਾਈ ਕੀਤੀ ਜਾਏਗੀ। ਅਤੇ ਲੱਗ ਰਿਹਾ ਹੈਗਾ ਜੀ ਇਹ ਸਾਰਾ ਜਿਹੜਾ ਜਿੰਨਾ ਵੀ ਘਿਓ ਪਿਆ ਹੋਇਆ ਇਹ ਸਾਰਾ ਸਸਪੈਕਟਡ ਹੈਗਾ? ਯੈਸ, ਅਸੀਂ ਉਹ ਵੀ ਸਸਪੈਕਟਡ ਆ, ਕਿਉਂਕਿ ਨਾ ਸਾਨੂੰ ਜਿਹੜਾ ਐਕਚੁਅਲੀ ਨਾ ਬਾਜ਼ਾਰ ਦੇ ਵਿੱਚ 60 ਘਿਓ ਆਉਂਦਾ ਜੋ ਕਿ ਬੜਾ ਹੀ ਚੰਗਾ ਅੱਛਾ ਹੈ, ਉਹ ਵੀ ਸਾਨੂੰ ਉਹਦੀ ਕਾਫੀ ਲੱਗੀ ਆ। ਇਹ ਇੱਥੇ ਲਿਖਿਆ ਸਿਰਤੀ, ਨੋਟ 60 ਜਸਟ ਸਿਰਤੀ। ਅਤੇ ਕੁਛ ਚੀਜ਼ਾਂ ਦੇਖੀਆਂ ਜਿਹੜੀਆਂ ਪਈਆਂ ਗਈਆਂ ਸਾਨੂੰ ਜਿਹੜੇ ਸ਼ੱਕ ਦੇ ਦਾਇਰੇ 'ਚ ਸਾਨੂੰ ਇਹਨੂੰ ਲਿਆਉਂਦੀਆਂ ਹੈਗੀਆਂ। ਸੋ ਇਹ ਟੋਟਲ ਮਾਲ ਚੈੱਕ ਕਰਾਵਾਂਗੇ, ਉਹ 'ਚ ਜੋ ਆਈ ਆ ਕੰਪਲੇਂਟ ਆਈ ਆ ਸਾਡੇ ਕੋਲ ਆਈ ਆ ਜਾਂ ਰਿਪੋਰਟ ਆਏਗੀ ਸਾਡੇ ਕੋਲ ਦਿਖਾ ਦੇਵਾਂਗੇ। ये लिखा है इसने इंग्रेडिएंट, इंग्रेडिएंट्स इसमें क्या डाला? और जो देसी घी होता है उसके अंदर सिर्फ 99% फैटी होती है। जगह के ऊपर जड़े है और की चीजा जड़ियां ने जब्त कीतियां गईयां हैगियां या की कार्रवाई की जा रही है? देखो जी जी अपने फिरोजपुर ਦੇ ਵਿੱਚ ਸਾਨੂੰ ਨਿਊਜ਼ ਸੀਗੀ ਵੀ ਇੱਥੇ ਨਾ ਸਿਟੀ ਦੇ ਵਿੱਚ ਨਕਲੀ ਘਿਓ ਸਪਲਾਈ ਹੋ ਰਿਹਾ ਸੀ। ਇੱਕ ਦੋ ਥਾਵਾਂ ਤੇ ਫੜਿਆ ਕੈਂਟ ਸਿਟੀ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇੱਥੋਂ ਮਾਲ ਆ ਰਿਹਾ। ਜਦੋਂ ਅਸੀਂ ਇੱਥੇ ਚੈਕਿੰਗ ਕੀਤੀ ਤੇ ਇਹਨਾਂ ਦੇ ਓਨਰ ਸੀਗੇ ਕਾਫੀ ਲੇਟ ਆਏ ਆ। ਸਾਡੇ ਫੋਨ ਕਰਨ ਤੋਂ ਘੱਟੋ ਘੱਟ 2 ਘੰਟੇ ਬਾਅਦ ਸਾਨੂੰ ਵੇਟ ਕਰਨੀ ਪਈ ਆ। ਪਰ ਫਿਲਹਾਲ ਦੀ ਕੜੀ ਅਸੀਂ ਜਿਹੜੀ ਸਾਨੂੰ ਅਸੀਂ ਆਪ ਅਚੰਭਿਤ ਹੋ ਗਏ ਵੀ ਇੰਨਾ ਸਾਰਾ ਮਾਲ ਅਸੀਂ ਜਿਹੜਾ ਸਸਪੈਕਟਡ ਫੜ ਲਿਆ। ਉਹਦੇ 'ਚ ਕੀ ਆ ਦੇਖੋ ਜਿਹੜੇ ਹੁਣ ਸੀਜ਼ਨ ਅੱਜ ਕੱਲ੍ਹ ਜਿਹੜਾ ਸੀਜ਼ਨ ਚੱਲਦਾ ਪਿਆ ਦੇਸੀ ਘੋਲ ਆ ਰਿਹਾ। ਲੋਕ ਆਪਣੇ ਘਰੇ ਗਰੀਬ ਜਿਹੜਾ ਹੈਗਾ ਉਹ ਤੁਹਾਨੂੰ 100 ਰੁਪਏ ਦਾ ਵੀ ਚਾਹੀਦਾ, 200 ਦਾ ਵੀ ਚਾਹੀਦਾ। ਪਰ ਜਦੋਂ ਅਸੀਂ ਦੇਖਿਆ ਵੀ ਜਿਹੜੀ ਫ੍ਰੈਗਨੈਂਸ ਹੈਗੀ ਹੈ ਦੇਸੀ ਘੋਲ ਵਧੀਆ, ਬਟ ਇਹਦੇ ਅੰਦਰ ਜਿਹੜਾ ਉੱਤੇ ਡਿਸਪਲੇ ਕੀਤਾ ਹੈ ਉਹ ਪਾਮ ਆਇਲ ਹਾਈਡਰੋਜਨੇਟਡ ਆਇਲ ਕੀਤਾ ਹੋਇਆ, ਅਸੀਂ ਸੁਣ ਕੇ ਵੀ ਚੈੱਕ ਕੀਤਾ ਸੀਗਾ। ਸੋ ਅਸੀਂ ਜਿਹੜਾ ਸਾਨੂੰ ਸਸਪੈਕਟਡ ਆ ਅਸੀਂ ਟੋਟਲ ਜਿਹੜਾ ਮਾਲ ਹੈਗਾ ਉਹ 3-4 ਕੰਪਨੀਆਂ ਦਾ ਉਹਨੂੰ ਸੀਲ ਕਰਦੇ ਪਏ ਆ ਔਰ ਰਿਪੋਰਟ ਆਉਣ ਤੇ ਬਾਅਦ ਹੀ ਇਹਨੂੰ ਇੱਥੇ ਕਾਰਵਾਈ ਕੀਤੀ ਜਾਏਗੀ। ਕਿੰਨਾ ਮਾਲ ਜਿਹੜਾ ਸਰ ਹੁਣ ਇੱਥੋਂ ਇਸ ਵੇਲੇ ਫੜਿਆ ਗਿਆ ਜੀ? ਲਗਭਗ 35 ਕੁਇੰਟਲ ਦੇ ਲਗਭਗ। ਤਾਂ ਇਹ ਜਿਹੜਾ ਮਾਲ ਹੁਣ ਇੱਕ ਵਾਰੀ ਸੀਲ ਕਰ ਲਿੱਤਾ ਗਿਆ ਜੀ? ਹਾਂ, ਇੱਕ ਵਾਰੀ ਮਾਲ ਸੈਂਪਲ ਲੈ ਕੇ ਮਾਲ ਸੀਲ ਕਰ ਦੇਵਾਂਗੇ, ਉਹਦੀ ਰਿਪੋਰਟ ਜਲਦ ਤੋਂ ਜਲਦ 2 ਦਿਨਾਂ 'ਚ ਮੰਗਾ ਕੇ ਇਹਨਾਂ 'ਤੇ ਕਾਰਵਾਈ ਕੀਤੀ ਜਾਏਗੀ। ਅਤੇ ਲੱਗ ਰਿਹਾ ਹੈਗਾ ਜੀ ਇਹ ਸਾਰਾ ਜਿਹੜਾ ਜਿੰਨਾ ਵੀ ਘਿਓ ਪਿਆ ਹੋਇਆ ਇਹ ਸਾਰਾ ਸਸਪੈਕਟਡ ਹੈਗਾ? ਯੈਸ, ਅਸੀਂ ਉਹ ਵੀ ਸਸਪੈਕਟਡ ਆ, ਕਿਉਂਕਿ ਨਾ ਸਾਨੂੰ ਜਿਹੜਾ ਐਕਚੁਅਲੀ ਨਾ ਬਾਜ਼ਾਰ ਦੇ ਵਿੱਚ 60 ਘਿਓ ਆਉਂਦਾ ਜੋ ਕਿ ਬੜਾ ਹੀ ਚੰਗਾ ਅੱਛਾ ਹੈ, ਉਹ ਵੀ ਸਾਨੂੰ ਉਹਦੀ ਕਾਫੀ ਲੱਗੀ ਆ। ਇਹ ਇੱਥੇ ਲਿਖਿਆ ਸਿਰਤੀ, ਨੋਟ 60 ਜਸਟ ਸਿਰਤੀ। ਅਤੇ ਕੁਛ ਚੀਜ਼ਾਂ ਦੇਖੀਆਂ ਜਿਹੜੀਆਂ ਪਈਆਂ ਗਈਆਂ ਸਾਨੂੰ ਜਿਹੜੇ ਸ਼ੱਕ ਦੇ ਦਾਇਰੇ 'ਚ ਸਾਨੂੰ ਇਹਨੂੰ ਲਿਆਉਂਦੀਆਂ ਹੈਗੀਆਂ। ਸੋ ਇਹ ਟੋਟਲ ਮਾਲ ਚੈੱਕ ਕਰਾਵਾਂਗੇ, ਉਹ 'ਚ ਜੋ ਆਈ ਆ ਕੰਪਲੇਂਟ ਆਈ ਆ ਸਾਡੇ ਕੋਲ ਆਈ ਆ ਜਾਂ ਰਿਪੋਰਟ ਆਏਗੀ ਸਾਡੇ ਕੋਲ ਦਿਖਾ ਦੇਵਾਂਗੇ। ਥੈਂਕ ਯੂ।